ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ ਜੀ। ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜੀ ਪਿੰਡ ਕਿਲ੍ਹਾ ਨੱਥਾ ਸਿੰਘ। ਇਹਦੀ ਤਹਿਸੀਲ ਅਤੇ ਜ਼ਿਲ੍ਹਾ ਗੁਰਦਾਸਪੁਰ ਹੈ। ਇਹ ਜਿਸ ਰੋਡ 'ਤੇ ਅਸੀਂ ਜਾ ਰਹੇ ਹਾਂ, ਇਹ ਰੋਡ ਹੈ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਦਾ, ਅਤੇ ਇਸੇ ਰੋਡ ਤੋਂ ਹੀ ਸੰਗਤ ਜਿਹੜੀ ਹੈ ਕਰਤਾਰਪੁਰ ਸਾਹਿਬ ਪਾਕਿਸਤਾਨ ਦਰਸ਼ਨਾਂ ਨੂੰ ਜਾਂਦੀ ਹੈ। ਕਰਤਾਰਪੁਰ ਸਾਹਿਬ ਕੋਰੀਡੋਰ ਇਹ ਮੇਨ ਰਸਤਾ ਹੈ। ਅਤੇ ਹੁਣ ਅਸੀਂ ਪਹੁੰਚ ਗਏ ਅੱਡਾ ਬਖਸ਼ੀਵਾਲ, ਅਤੇ ਬਖਸ਼ੀਵਾਲ ਤੋਂ ਜਾਵਾਂਗੇ ਅਸੀਂ ਕਿਲ੍ਹਾ ਨੱਥਾ ਸਿੰਘ। ਕਿਲ੍ਹਾ ਨੱਥਾ ਸਿੰਘ ਵੇਖਣ ਦੀ ਰਿਕੁਐਸਟ ਸਾਨੂੰ ਲਹਿੰਦੇ ਪੰਜਾਬ ਤੋਂ ਆਈ ਹੈ, ਬਜ਼ੁਰਗ ਸਰਦਾਰ ਅਲੀ ਔਰ ਮੁਹੰਮਦ ਦੀਨ ਦੀ। ਇਹ ਅੱਡਾ ਬਖਸ਼ੀਵਾਲ ਤੋਂ ਅਸੀਂ ਗੁਜ਼ਰ ਰਹੇ ਹਾਂ, ਅਤੇ ਬਖਸ਼ੀਵਾਲ ਤੋਂ ਪਹਾੜ ਸਾਈਡ ਇਹ ਕਿਲ੍ਹਾ ਨੱਥਾ ਸਿੰਘ ਪਿੰਡ ਹੈ। ਅਸੀਂ ਹੁਣ ਸੱਜੇ ਨੂੰ ਮੁੜ ਜਾਵਾਂਗੇ ਟਰਨ ਲੈਂਦੇ ਹੋਏ, ਅਤੇ ਪਹੁੰਚਾਂਗੇ ਕਿਲ੍ਹਾ ਨੱਥਾ ਸਿੰਘ, ਅਤੇ ਵਿਖਾਵਾਂਗੇ ਤੁਹਾਨੂੰ ਕਿਲ੍ਹਾ ਨੱਥਾ ਸਿੰਘ। ਬਖਸ਼ੀਵਾਲ ਤੋਂ ਕਿਲ੍ਹਾ ਨੱਥਾ ਸਿੰਘ ਜਾਂਦੇ ਰੋਡ 'ਤੇ ਤੁਹਾਨੂੰ ਆਸੇ ਪਾਸੇ ਦਾ ਵਿਊ ਵਿਖਾਵਾਂਗੇ, ਨਾਲ ਹੀ ਤੁਹਾਨੂੰ ਵਿਖਾਵਾਂਗੇ ਉਹਨਾਂ ਦੋਨਾਂ ਬਜ਼ੁਰਗਾਂ ਦਾ ਇੱਕ ਵੀਡੀਓ ਕਲਿੱਪ। ਅਤੇ ਇਹ ਖੱਬੇ ਹੱਥ ਅਸੀਂ ਮੁੜ ਜਾਵਾਂਗੇ ਅਤੇ ਪਹੁੰਚਾਂਗੇ ਕਿਲ੍ਹਾ ਨੱਥਾ ਸਿੰਘ। ਦਾਦੇ ਦਾ ਨਾਂ ਕੀ ਸੀਗਾ? ਨੂਰਦੀਨ। ਨੂਰਦੀਨ, ਅੱਛਾ। ਤੇ ਕਿਹੜਾ ਪਿੰਡ ਸੀ ਆਪਣਾ? 521 ਨਹੀਂ, ਇੰਡੀਆ ਚ ਕਿਹੜਾ ਪਿੰਡ ਸੀ? ਕਿਲ੍ਹਾ ਨੱਥੂ ਸਿੰਘ ਦਾ ਕਿਲ੍ਹਾ। ਅੱਛਾ, ਕਿਲ੍ਹਾ ਨੱਥੂ ਸਿੰਘ ਦਾ ਉੱਥੇ ਸੀ। ਤਹਿਸੀਲ ਕਿਹੜੀ ਸੀ ਆਪਣੀ? ਜ਼ਿਲ੍ਹਾ ਵੀ ਗੁਰਦਾਸਪੁਰ ਸੀ। ਗੁਰਦਾਸਪੁਰ ਜ਼ਿਲ੍ਹਾ, ਗੁਰਦਾਸਪੁਰ। ਅੱਛਾ, ਉਹ ਤੋਂ ਬਾਅਦ ਤੁਹਾਡੇ ਕੋਲ ਦੋਸਤ ਹਾਣੀ ਤੁਹਾਡੇ ਹਾਣ ਦੇ ਕੋਲ ਖੇਡਦੇ ਹੋਣ? ਬੜੇ ਸੀ। ਜਿਹੜਾ ਨਾਂ ਆਉਂਦਾ ਉਹ ਵੀ ਦੱਸੋ, ਕੁ ਚੇਤਾ ਆਉਂਦਾ? ਭਗਤੂ ਜਾਗਰ ਲਿਖਿਆ, ਜਾਗਰ ਸੀਗਾ, ਜਾਗਰ ਸਿੰਘ। ਫਿਰ ਭਗਤੂ ਸੀ, ਲਛਮਣ। ਲਛਮਣ, ਅੱਛਾ। ਆਪਣਾ ਜਿਹੜਾ ਪਿੰਡ ਸੀਗਾ ਉਹਦੇ ਤਕੀਆ ਹੈ ਸੀ, ਤਕੀਆ ਮਸਜਿਦ ਹੈਗੀ ਸੀ। ਉੱਚੀ ਬੋਲੋ ਯਾਰ, ਮਸਜਿਦ ਵੀ ਹੈਗੀ ਸੀ? ਹੈਗੀ ਸੀ। ਮਸਜਿਦ ਕਿੱਥੇ ਸੀ ਤੇ ਤਕੀਆ ਕਿੱਥੇ ਉਹ ਦੱਸੋ ਯਾਰ। ਬੰਜਰ ਆ ਜਾਂਦਾ, ਬੰਜਰ ਜਦੋਂ ਮਾਲ ਸੁੱਕਦਾ। ਅੱਛਾ, ਤੁਸੀਂ ਵੀ ਚਾਰਦੇ ਰਹੇ ਮਾਲ ਮੂਲ? ਚਾਰਦੇ ਰਹੇ। ਅੱਛਾ, ਚਾਰਦੇ ਰਹੇ, ਬੜਾ ਖੁੱਲ੍ਹਾ। ਫਿਰ ਉੱਥੇ ਜਗਾਕ ਆ ਗਿਆ ਨੇ, ਲਿਆ ਬੱਜਰ। ਉਹਨਾਂ ਨੇ ਕਿੱਕਰਾਂ ਦੇ ਬੀਜ ਲਾ ਤੇ, ਦੇਸੀ ਕਿੱਕਰਾਂ ਨਾ, ਇਹਨਾਂ ਨੇ ਚੁੱਕ ਕੇ ਨਾ ਟੱਪ ਮਾਲ ਨੂੰ ਵਿੱਚ ਸੁੱਟ ਦੇਣ। ਅਤੇ ਦੂਸਰਾ ਉੱਥੇ ਆਲੇ ਦੁਆਲੇ ਪਿੰਡ ਕਿਹੜਾ ਕਿਹੜਾ ਸੀ? ਮਾਈ, ਅੱਛਾ, ਛਨੀਆਂ, ਹੋਰ ਮਾਲਪੁਰ, ਵਾਹ, ਉਪਰ। ਅੱਛਾ, ਇਹ ਲਾਗੇ ਲਾਗੇ ਪਿੰਡ ਜਿਹੜੇ ਸੀ? ਹਾਂਜੀ ਸਾਹਿਬ, ਕਿਹੜਾ ਪਿੰਡ ਸੀ ਆਪਣਾ? ਹੋਰ ਕੀ ਸੀ ਲਾਗੇ? ਅੱਛਾ, ਕੱਲ ਜੀ ਅਸੀਂ ਮੰਨਤਾ। ਅੱਛਾ, ਉਹ ਉੱਥੇ ਬਦਲ ਗਏ ਤੇ ਕੱਲ ਜੀ ਆ ਗਏ। ਅੱਛਾ, ਫਿਰ ਗਾਂਵ ਅਸੀਂ ਜਾ ਕੇ
ਇਹਨੇ ਤਾਂ ਸਾਨੂੰ ਬੜੀ ਖੈਰ ਖੈਰ ਕੀਤੀ, ਪੰਜ ਪੰਜ ਮਰਲੇ ਥਾਂ ਵਿੱਚ ਕਿਰਾਏ ਚੋਂ, ਤੇ ਸਾਡੀ ਸਾਰੀ ਬਰਾਦਰੀ ਬਣ ਗਈ ਸਿੱਖ ਵੀ। ਉਮਰ ਕਿੰਨੀ ਸੀ ਉਦੋਂ ਤੁਹਾਡੀ? ਮੇਰੀ ਉਮਰ ਹਾਂ ਮੇਰੀ ਉਮਰ 9 ਸਾਲ ਸੀ। ਕਿੰਨੀ ਉਮਰ ਸੀ? 8-9 ਸਾਲ ਸੀ। 9 ਸਾਲ ਡੰਗਰ ਚਾਰਦਾ ਹੁੰਦਾ ਹੁਣ। ਅੱਛਾ, ਭਰਾ ਕਿੰਨੇ ਆਪਣੇ, ਕੀ ਨਾਂ? ਮੇਰਾ ਨਾਂ ਹਾਂ ਚਾਰ। ਕੀ ਨਾਂ ਭਰਾਵਾਂ ਦਾ? ਮੇਥੋਂ ਵੱਡਾ ਸੀ ਜਿਹੜਾ, ਉਹ ਸੂਫੀ ਨਾਜ਼ਰ। ਅੱਛਾ। ਮੇਰਾ ਨਾਂ ਮੁਹੰਮਦੀਨ। ਅੱਛਾ। ਮੇਰੇ ਤੋਂ ਛੋਟਾ ਮੁਹੰਮਦ ਪਾਲ, ਹੋਰ ਛੋਟਾ ਮੁਹੰਮਦ ਬਸ਼ੀਰ। ਅੱਛਾ, ਤਿੰਨ ਭੈਣਾਂ ਸੀ ਕਹਿੰਦੇ? ਤਿੰਨ ਭੈਣਾਂ, ਚਾਰ ਭਰਾ। ਅੱਛਾ, ਤੇ ਵਾਲਦ ਦਾ ਕੀ ਨਾਂ ਸੀਗਾ? ਹਾਜੀ ਬਰਕਤ ਅਲੀ। ਅੱਛਾ, ਹਾਜੀ ਬਰਕਤ ਅਲੀ। ਤੇ ਦੂਏ ਭਰਾ ਬਾਬਿਆਂ ਦਾ ਨਾਂ ਕੀ ਸੀਗਾ? ਮਾਲਕ ਉਹ ਮਰ ਗਿਆ ਸੀ, ਉਹਦੀ ਇੱਕ ਬੱਚੀ ਹੋਈ ਸੀ, ਉਹ ਫੋਟ ਹੋ ਗਿਆ। ਅੱਛਾ, ਤੇ ਕਿਹੜਾ ਪਿੰਡ ਦੱਸਿਆ ਵਾ? ਸਾਡਾ ਪਿੰਡ ਪੈਂਦਾ ਸੀ ਸੌ ਵਾਲ। ਅੱਛਾ, ਦਾਦੇ ਦਾ ਕੀ ਨਾਂ ਸੀ ਜੀ? ਦਾਦੇ ਦਾ ਨਾਂ ਸੀ ਸ਼ਾਹਦੀਨ। ਅੱਛਾ, ਉਹਦੇ ਪਿਓ ਦਾ ਨਾਂ ਸੀ ਬੁੱਧੂ। ਬਾਬਾ ਘੀਆ। ਹੋਰ ਇੱਕ ਸੀ ਪੂਰੋ ਘੁਮਿਆਰ, ਉਹ ਵੀ ਛੇਤੀ ਸੀ। ਅੱਛਾ, ਉਹ ਹਿੰਦੂ ਸੀ, ਛੇ ਭਰਾ ਸੀ। ਦੂਧ ਹੋਰ ਕੋਈ ਸਾਥੀ ਤੁਹਾਡਾ ਉਧਰ ਦਾ? ਹੁਣ ਬੈਣਾ ਸਾਈ ਸੀ, ਉਹਦੇ ਤਿੰਨ ਮੁੰਡੇ ਸੀ। ਉਹਨਾਂ ਦਾ ਪਤਾ ਨਾਂ ਦਾ? ਤੁਹਾਡੇ ਹਾਣ ਦੇ ਜਿਹੜੇ ਹਾਣੀ ਸੀ? ਮੇਰਾ ਹਾਣੀ ਸੀ ਜਿਹੜਾ, ਉਹ ਮੁੰਗਲੂ ਆਉਂਦੇ ਸੀ। ਅੱਛਾ ਅੱਛਾ, ਵੱਡਾ ਸੀ ਸਾਦਕ। ਅੱਛਾ, ਉਹਦੇ ਤੋਂ ਵੱਡਾ ਸੀ ਫਜਲ। ਅੱਛਾ, ਤਿੰਨ ਮੁੰਡੇ ਸੀ, ਉਹਨੂੰ ਬੈੜਾ ਸਹਾਈ ਜਾਂਦੇ ਸੀ, ਉਹਦੀ ਬੁੱਢੀ ਨੂੰ ਬੈੜੀ ਜਾਂਦੇ। ਅੱਛਾ, ਅੱਛਾ, ਹੋਰ ਇੱਕ ਹੈਗਾ ਸੀ ਜੀਤ ਸਿੰਘ। ਅੱਛਾ, ਉਹਦਾ ਵੀ ਮੁੰਡਾ ਰਾਮ ਸਿੰਘ ਸੀ ਉਹਦੇ ਨਾਲ। ਸਾਡਾ ਪਿਓ ਆਂਦਾ ਬੱਲੇ ਬਾਈ ਜੀਤ ਸਿਆ ਅੱਜ ਪੂਰਨੂੰ ਚੁੱਕਿਆ। ਅੱਛਾ, ਉਹ ਆਂਦਾ ਮੈਂ ਮੀਆਂ ਜੀ ਪੂਰਨੂੰ ਨੀ ਚੁੱਕਿਆ, ਮੈਂ ਪਹੁ ਨੂੰ ਚੁੱਕਿਆ। ਅੱਛਾ, ਇਹ ਕੀ ਜ਼ਿਲ੍ਹਾ ਕਿਹੜਾ ਹੈ ਆਪਣਾ ਭਲਾ? ਗੁਰਦਾਸਪੁਰ। ਤਹਿਸੀਲ ਵੀ, ਤਹਿਸੀਲ ਜ਼ਿਲ੍ਹਾ ਗੁਰਦਾਸਪੁਰ। ਅੱਛਾ, ਤਹਿਸੀਲ ਜ਼ਿਲ੍ਹਾ ਦੋਵੇਂ ਗੁਰਦਾਸਪੁਰ ਸੀ, ਤੇ ਪਿੰਡ ਕਿਹੜਾ ਸੀਗਾ? ਸਾਹੋਵਾਲ। ਪਿੰਡ ਸਾਹੋਵਾਲ। ਅੱਛਾ, ਪਿੰਡ ਸਾਹੋਵਾਲ ਸੀ। ਪਾਕਿਸਤਾਨੀ ਬਾਬਾ ਕਹਿੰਦਾ ਮੈਂ ਵੀ ਸੀ ਲੁਧਿਆਣੇ ਰਹਿੰਦਾ, ਉਹ ਪਾਕਿਸਤਾਨੀ ਬਾਬਾ ਕਹਿੰਦਾ ਮੈਂ ਵੀ ਸੀ ਲੁਧਿਆਣੇ ਰਹਿੰਦਾ, ਮੈਂ ਦਰਸ਼ਨ ਕਰਨਾ ਚਾਹੁੰਦਾ ਆ ਹਰਿਮੰਦਰ ਸਾਹਿਬ ਦਾ, ਮੈਨੂੰ ਗੇੜਾ ਇੱਕ ਲਵਾ ਦਿਓ ਮੇਰੇ। ਮੈਨੂੰ ਕਿਹੜਾ ਇੱਕ ਲਵਾ ਦਿਓ ਮੇਰੇ।
ਪਾਪੀ ਸਤਿ ਸ਼੍ਰੀ ਅਕਾਲ ਠੀਕ ਠਾਕ ਤੁਸੀਂ ਸੁਣਾਓ ਵਧੀਆ 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 ਠੀਕ ਹੈ ਰਾਜੀ ਹੋ ਨਹੀਂ ਨਹੀਂ ਕੁਰਸੀ ਲੋੜ ਨਹੀਂ ਮੈਨੂੰ ਦੱਸਣਾ ਤੁਸੀਂ ਪਾਕਿਸਤਾਨ ਆਏ ਹੋ ਇੱਥੇ ਸ਼ੁਰੂ ਕਰਨ ਵਾਲੇ ਇੱਥੇ ਕੋਈ ਹੈ ਸੀ ਭਗਤੂ ਪੁਰਾਣੇ ਬੁੱਢਿਆਂ 'ਚ ਤਖਾਣ ਸੀ ਹੈਗਾ ਸੀ ਦੀਵਾਨ ਸਿੰਘ ਅਤੇ ਉਜਾਗਰ ਸਿੰਘ ਲਕਸ਼ਮਣ ਸਿੰਘ ਅੱਛਾ ਇਹ ਲਕਸ਼ਮਣ ਕਾ ਹੈ ਇਹ ਸੀ ਲਕਸ਼ਮਣ ਸਿੰਘ ਦਾ ਘਰ ਠੀਕ ਠੀਕ ਆ ਹੈਂ ਇੱਧਰ ਤੁਸੀਂ ਆਏ ਮੈਂ ਘੁੰਮਦਾ ਘੁੰਮਦੇ ਇੱਧਰ ਆਏ ਇੱਧਰ ਬਾਰਡਰ ਨਾਲ ਹੀ ਹੈ ਕਿੰਨਾ ਹਟਵਾ ਅੱਛਾ ਤੁਹਾਨੂੰ ਸੰਭਾਲ ਆਉਂਦੀ ਪਾਕਿਸਤਾਨ ਟਾਈਮ ਦੀ ਨਹੀਂ ਹੋਰ ਕੋਈ ਪੁਰਾਣਾ ਬਜ਼ੁਰਗ ਹੁਣ ਜਿਹਨੂੰ ਸੰਭਾਲ ਹੋਏ ਉਧਰੋਂ ਬਜ਼ੁਰਗਾਂ ਦੀ ਫਿਲਮ ਆਈ ਹੈ ਸਾਡਾ ਪਿੰਡ ਸੀ ਕਿਲ੍ਹਾ ਨੱਥੂ ਸਿੰਘ ਅਤੇ ਸਾਡੇ ਜਾਣਕਾਰ ਸਨ ਇਹ ਜਾਗਰ ਸਿੰਘ ਭਗਤੂ ਲਕਸ਼ਮਣ ਹੈਂ ਜਾਗਰ ਜਿਹੜਾ ਸੀ ਨਾ ਸ਼ੇਰ ਸਿੰਘ ਦਾ ਮੁੰਡਾ ਸੀ ਅੱਛਾ ਅਤੇ ਭਗਤੂ ਜਿਹੜਾ ਦੀਵਾਨ ਸਿੰਘ ਦਾ ਪਿਓ ਸੀ ਠੀਕ ਹੈ ਜੀ ਅਤੇ ਲਕਸ਼ਮਣ ਦਾ ਬੱਚਾ ਕੋਈ ਨਹੀਂ ਸੀ ਅੱਛਾ ਜੀ ਲਕਸ਼ਮਣ ਦਾ ਬੱਚਾ ਕੋਈ ਨਹੀਂ ਠੀਕ ਹੈ ਅਤੇ ਇਹ ਇੱਕ ਗੱਲਬਾਤ ਹੁਣ ਉਹ ਬੰਦਿਆਂ ਦਾ ਨਾਂ ਦਾ ਕੋਈ ਪਤਾ ਪਤਾ ਸਾਡੇ ਫਿਰ ਵੀ ਪਤਾ ਲੱਗ ਸਕਦਾ ਨੂਰਦੀਨ ਚਲੋ ਤੁਹਾਡਾ ਨਾਂ ਕੀ ਹੈ ਸ਼ੁਭਨਾਮ ਜੀ ਮਹਿੰਦਰ ਸਿੰਘ ਤੇ ਪਿਤਾ ਜੀ ਦਾ ਦੀਵਾਨ ਸਿੰਘ ਅੱਛਾ ਸਾਨੂੰ ਵਿਖਾਓਗੇ ਉਹ ਜਗ੍ਹਾ ਜਿੱਥੇ ਸੀ ਤਕੀਆ ਤੇ ਮਸੀਤ ਚਲੋ ਆ ਜਾਓ ਅਧਾਰੀਏ ਬੋਰਡ ਪੁਰਾਣਾ ਹੈ ਕਿਦਾਂ ਆ ਜਾਓ ਦੇਖੋ ਹਾਂਜੀ ਹਾਂਜੀ ਇਹ ਥਾਂ ਭਗਤੂ ਦਾ ਸੀ ਆ ਬੋਰਡ ਅੱਛਾ ਜੀ ਵਾਹ ਜੀ ਭਗਤੂ ਤਰਖਾਣ ਦੇ ਹੱਥ ਲੱਗਿਆ ਬੋਰਡ ਹੈ ਅੱਛਾ 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 ਠੀਕ ਅੱਛਾ ਘਰ ਕਿੱਥੇ ਸੀ ਉਹਦਾ ਘਰ ਵਿੱਚ ਸੀ ਠੀਕ ਚਲੋ ਅੱਛਾ ਜੀ ਤੁਹਾਡੇ ਬੰਦੇ ਹਨ ਠੀਕ ਹੈ ਕਿਹੜੀ ਬਰਾਦਰੀ ਸੀ ਉਹ ਜੱਟਾ ਚੋਂ ਘੁਮਿਆਰਾਂ ਚੋਂ ਅੱਛਾ ਤੁਸੀਂ ਘੁਮਿਆਰਾਂ ਪ੍ਰਜਾਪਤੀ ਹੋ ਹੈ ਨਾ ਠੀਕ ਹੈ ਕਿਹਨਾਂ ਦਾ ਬਾਬਾ ਸੀ ਕੌਣ ਦਲਵੀਰ ਸਿੰਘ ਦਾ ਬਾਬਾ ਅੱਛਾ ਜੀ ਭੀਣਾ ਹਾਂ ਹਾਂ ਇਹ ਘਰ ਸੀ ਉਹਨਾਂ ਦਾ ਮੁੰਡਾ ਸੀ ਰਾਮ ਸਿੰਘ ਅੱਛਾ ਇਹਨਾਂ ਦਾ ਸੀ ਅੱਛਾ ਅੱਛਾ ਇਹ ਘਰ ਸੀ ਇਹ ਪਾਕਿਸਤਾਨ ਭੀਣਾ ਤੁਹਾਡਾ ਨਾਮ ਬੋਲਿਆ ਗਿਆ ਸੀ ਭੀਣਾ ਕੀਣਾ ਸੀ ਭੀਣਾ ਕੀਣਾ ਰਾਮ ਸਿੰਘ ਪਿਓ ਦਾ ਨਾਮ ਅੱਛਾ ਠੀਕ ਹੈ ਇਹ ਤਰਖਾਣ ਸਨ ਲਵਾਣੀ ਸਿੰਘ ਠੀਕ ਹੈ ਤੇ ਰਾਮ ਸਿੰਘ ਜਿਹੜਾ ਸੀ ਧੀਣੇ ਦਾ ਪੁੱਤਰ ਸੀ ਰਾਮ ਸਿੰਘ ਦੀ ਰਾਮ ਸਿੰਘ ਦੇ ਪੁੱਤਰੇ ਹੋ ਕੀ ਸ਼ੁਭ ਨਾਮ ਤੁਹਾਡਾ ਜੀ ਦਲਵੀਰ ਸਿੰਘ ਠੀਕ ਹੈ ਚਲੋ ਅੱਗੇ ਦੇਖਦੇ ਹਾਂ ਹੋਰ ਬਾਕੀ ਜਿਹੜੇ ਦੱਸੇ ਉਹਨੇ ਘਰ ਪਤਾ ਸਾਰਿਆਂ ਦੇ
ਲਛਮਣ ਸਿੰਘ ਦਾ ਘਰ ਉਹ ਤੁਸੀਂ ਵੇਖ ਲਿਆ ਸੀ? ਹਾਂ ਉਹ ਹੀ ਆ। ਅੱਛਾ ਠੀਕ ਹੈ। ਤੇ ਆ ਕੀ ਆ ਗਿਆ ਸਾਹਮਣੇ? ਇਹ ਪੁਰਾਣਾ ਖੂਹ ਹੁੰਦਾ ਸੀ ਪੁਰਾਣਾ, ਇੱਥੋਂ ਪਾਣੀ ਪਿੰਡ ਭਰਦਾ ਹੁੰਦਾ ਸੀ। ਵਾਹ ਜੀ ਵਾਹ, ਇੱਥੋਂ ਪਿੰਡ ਪਾਣੀ ਭਰਦਾ ਹੁੰਦਾ। ਅੱਛਾ, ਹਾਂ ਇਹ ਪੁਰਾਣਾ ਖੂਹ ਹੈ? ਹਾਂ ਅੱਖ ਦੇ ਵਿੱਚ ਹੁੰਦਾ ਹੈ। ਅੱਛਾ, ਇਹ ਉੱਚਾ ਕਿਉਂ ਇੰਨਾ ਉੱਚਾ? ਆ ਗਲੀਆਂ ਉੱਚੀਆਂ ਹੋ ਗਈਆਂ ਨਾ। ਪਿੱਪਲ ਵੀ ਓਹੀ ਆ? ਬਾਅਦ ਚੁੱਕਿਆ? ਬਾਅਦ ਚੁੱਕਿਆ, ਬਿਲਕੁਲ ਸਾਫ ਸੀ, ਬੜਾ ਸੋਹਣਾ ਸਾਫ। ਅੱਛਾ ਅੱਛਾ, ਹੁਣ ਦੇਖ ਪਿੰਡ ਵੱਡਾ, ਦੁਕਾਨਾਂ ਵੀ ਨੇ। ਆਹੋ ਪੁਰਾਣਾ ਪਿੰਡ ਆ, ਸੁਰਜੋ ਜਿਹੜਾ ਬਹੁਤ ਇਹਨਾਂ ਦਾ ਤਾਇਆ ਸੀ। ਕਿਹੜਾ? ਸੁਰਜੋ, ਸੁਰਜੋ ਜਿਹੜਾ ਬਹੁਤ ਵੀ। ਹਾਂਜੀ ਹਾਂਜੀ ਹਾਂਜੀ, ਇਹਨਾਂ ਦਾ ਤਾਇਆ ਸੀ। ਅੱਛਾ ਜੀ, ਠੀਕ ਹੈ। ਇੱਕ ਘੁਮਿਆਰ ਬਰਾਦਰੀ? ਹਾਂ ਹਾਂ, ਸਾਡੀ ਬਰਾਦਰੀ ਆ। ਠੀਕ ਹੈ। ਤੇ ਇੱਧਰ ਹਾਂ ਘਰ ਸਾਰੇ ਇੱਧਰ ਨੇ। ਅੱਛਾ, ਇਹ ਘਰ ਸਰ ਅਜੋ ਗਾਂ ਨੇ ਕੀ? ਠੀਕ ਹੈ। ਤੇ ਮੁਸਲਮਾਨਾਂ ਦੇ ਘਰ ਕਿੱਧਰ ਸਨ? ਮੁਸਲਮਾਨਾਂ ਦੇ ਘਰ ਵਿੱਚ ਕੀ ਬਰਾਦਰ, ਸਾਨੂੰ ਨਹੀਂ ਸਮਾਂ। ਠੀਕ ਹੈ, ਇਹ ਨਹੀਂ ਪਤਾ ਕਿੱਥੇ ਨੇ। ਹਾਂ ਨਹੀਂ, ਉਹ ਨਹੀਂ ਪਤਾ। ਠੀਕ ਹੈ। ਅੱਛਾ ਜੀ, ਹੈ ਜੀ, ਹੈ ਜੀ, ਵਾਹ ਜੀ ਵਾਹ। ਅੱਛਾ ਅੱਛਾ, ਹਾਂ ਅੱਛਾ, ਇਹ ਹੈ ਮਸਜਿਦ ਹੈ ਜੀ। ਪਹਿਲਾਂ ਗੁਰਦੁਆਰਾ ਸਾਹਿਬ ਰਿਹਾ ਇੱਥੇ ਹੈ? ਆ ਸਾਰਾ ਥਾਂ ਇਹਦਾ ਹੀ ਹੈ, ਮਸਜਿਦ ਦਾ ਹੀ। ਅੱਛਾ, ਉਹ ਮਸਾਮਾ ਦੇ ਰਿਲੇਟਿਵ ਨਾ। ਅੱਛਾ, ਵਾਹ ਆ। ਇਹ ਗੁਰਦੁਆਰਾ ਸਾਹਿਬ ਬੜਾ ਟੋਲਾ ਬਣਦਾ ਸੀ ਉਹ। ਅੱਛਾ ਜੀ, ਇੱਥੇ ਇੱਥੇ ਗੁਰਦੁਆਰੇ ਨਾ ਇੱਥੇ। ਇਹ ਬਣਿਆ ਮਹਿਰਾਬ? ਹਾਂ ਹਾਂ, ਨਹੀਂ ਇਹ ਮਗਰੋਂ ਢੱਠ ਗਿਆ ਸੀ। ਹਾਲੇ ਅੱਛੀ ਹਾਲਤ ਹੈ, ਕਿਤੇ ਕਿਤੇ ਤੇੜਾਂ ਆਈਆਂ ਨੇ। ਕਿਹੜੇ ਮੌਕੇ ਤੇ ਬਣੀ ਸੀ ਪਹਿਲਾਂ? ਕੁੰਡਾ ਲੱਗਿਆ, ਇੱਕ ਪੱਖਾ ਲਾਇਆ ਹੋਣਾ ਗੁਰਦੁਆਰਾ ਵਾਸਤੇ। ਅੱਛਾ ਜੀ, ਵਾਹ ਜੀ ਵਾਹ। ਅੱਛਾ, ਖੂਹੀ ਕਿੱਥੇ ਦਿਖਾਓ? ਆ ਜਾਓ ਠੀਕ ਹੈ। ਤਕੀਆ ਕਿਹੜਾ ਸੀ? ਆ ਨਹੀਂ ਤਕੀਆ ਉਹ ਉੱਥੇ ਉੱਥੇ।
है अजे एक जगह है बाकी घाट है कोई दरबार भी है पिंड च दरबार नहीं दरबार है ओ दूर है ठीक है अच्छा तो किला केड़ा बजदा सी नत जदे नाते पिंड बजया है नथू सिंह दा किला किला इनो ही आंदे ने किला है किथे सी जिहड़ा टह गया दसया ना किला सी के बड़ा ओ टह गया सी ओ हां हां ओ बेचवा ओ ढाता दा ਟਹਿ ਗਿਆ ਜਿਹਦੇ ਨਾਂ ਤੇ ਪਿੰਡ ਦਾ ਨਾਂ ਹੈ ਪਿੰਡ ਦਾ ਨਾਂ ਹੈ ਹਾਂ ਅੱਛਾ ਹੈ ਇੱਕ ਜਗ੍ਹਾ ਇੱਟਾਂ ਉੱਟ ਹੈ ਪਈਆਂ ਇੱਟਾਂ ਮਕਾਨ ਲੋਕਾਂ ਨਵੇਂ ਬਣਾ ਦਿੰਦੇ ਉਹਦੇ ਅੱਛਾ ਉਹ ਦਸਵੀਂ ਜਗ੍ਹਾ ਜਿੱਥੇ ਕਿਲਾ ਹੁੰਦਾ ਸੀ ਉਹ ਮੈਂ ਦੱਸ ਉਹ ਨਵੇਂ ਮਕਾਨ ਦੋ ਮਹਿਲਾ ਸੀ ਇਹਦਾ ਇਤਿਹਾਸ ਕੀ ਦੱਸਿਆ ਕੌਣ ਸੀ ਨੱਥੂ ਸਿੰਘ ਜੱਟ ਜੱਟ ਉਹ ਅੰਤਰਾ ਸੀ ਨਾ ਹਾਂ ਅੰਤਰਾ ਨਖਤਾ ਸੀ ਤੇ ਉਹਦੀ ਫਿਰ ਜ਼ਮੀਨ ਉਹਦੇ ਉਹਨੇ ਆਪਣੇ ਸਾਥੋਂ ਕਿਲਾ ਪੈ ਲਿਆ ਉਹਨੇ ਫਿਰ ਗੁਰਦੁਆਰੇ ਨਾਂ ਲਵਾਤੀ ਆ ਅੱਛਾ ਮੇਰੇ ਕੋਲ ਬੋਲੋ ਵੀ ਮੈਂ ਮਹਿੰਦਰ ਸਿੰਘ ਕਿ ਆਜੋ ਸ਼ਾਮੇ ਆਜੋ फौजदार ਅੱਛਾ ਜੀ ਸਾਥੋਂ ਕਿਲਾ ਪੈਲੀ ਸੀ ਤੇ ਉਹ ਫਿਰ ਅੰਤਰ ਗਿਆ ਸੀ ਤੇ ਉਹਨੇ ਗੁਰਦੁਆਰੇ ਦੇ ਨਾਂ ਲਵਾਤੀ ਜਿਹੜੇ ਬਾਬਾ ਦੇ ਨਾਮ ਤੇ ਜਨਮ ਵਾਲੇ ਅੱਛਾ ਜੀ ਤੇ ਉਹ ਅਕਾਲੀ ਕੌਣ ਸੀ ਜਿੰਨੇ ਉਹ ਕਾਲੀਏ ਜਿਹੜੇ ਹਨ ਇਹ ਪਹਿਲਾਂ ਮੰਤਰ ਹੁੰਦੇ ਜੇ ਮੈਂ ਮੰਤਾਂ ਚ ਕਬਜੇ ਪੈਲੀ ਸੀ ਕਿ ਕਾਲੀਏ ਜਿਹੜੇ ਕਾਲੀਏ ਗੁਰਦੁਆਰੇ ਚ ਆ ਗਏ ਨਿਹੰਗ ਨੂੰ ਬੋਲਦੇ ਉਹਨਾਂ ਹੁਣ ਉਹ ਜਿਹੜੇ ਆਪਣਾ ਠੇਕਾ ਖਾਂਦੇ ਆ ਅੱਛਾ ਜੀ ਹਾਂ ਤੇ ਉਹਨਾਂ ਨੇ ਫਿਰ ਜ਼ਮੀਨ ਇਹਨਾਂ ਨੂੰ ਮੁਸਲਮਾਨਾਂ ਨੇ ਦਿੱਤੀ ਸੀ ਪੰਜ ਪੰਜ ਮਰਦੇ ਦੱਸ ਜਿਵੇਂ ਦੱਸਿਆ ਬਜ਼ੁਰਗ ਨੇ ਸਾਨੂੰ ਪੰਜ ਪੰਜ ਮਰੇ ਦਿੱਤੇ ਸੀ ਕਿਹਦੇ ਵਿੱਚੋਂ ਥਾਂ ਉਹ ਤਾਂ ਕਿਉਂ ਕਾਲੀਆਂ ਨੇ ਬਛੰਜੇ ਕਰਕੇ ਬਣਾਇਆ ਹੈ ਜੀ ਤੁਹਾਨੂੰ ਬਛਣ ਵਾਸਤੇ ਦਿੱਤੀ ਆ ਅੱਛਾ ਜੀ ਹਾਂਜੀ ਹੁਣ ਇਹ ਕਾਲੀਏ ਜਿਹੜੇ ਨੇ ਇਸ ਪਿੰਡ ਦੇ ਵਿੱਚੋਂ 700 ਕਿਲੋ ਦਾ ਠੇਕਾ ਖੜਦੇ ਆ ਵਾਹ ਜੀ ਹਾਂਜੀ ਅੱਛਾ ਜੀ ਜਿਹੜਾ ਬਾਬਾ ਕਿੱਥੋਂ ਆਉਂਦੇ ਆ ਜਿਹੜਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਜਿਹੜੇ ਅਕਾਲੀ ਦਾ ਅਕਾਲੀ ਆਉਂਦੇ ਨੇ ਹਾਂ ਹਾਂ ਕਿ ਬੇਦੀ ਆਉਂਦੇ ਨੇ ਪਹਿਲਾਂ ਬੇਦੀ ਆਉਂਦੇ ਹੁਣ ਬੇਦੀ ਆਉਂਦੇ ਹੁਣ ਇਹ ਕਾਲੀ ਆਉਂਦੇ ਅੱਛਾ ਹਾਂਜੀ ਜਿਹੜਾ ਬਾਬਾ ਨਾਨਕ ਵਾਲੇ ਗੁਰਦੁਆਰੇ ਨਾ ਜਿਹੜਾ ਬਾਬਾ ਨਾਨਕ ਦੇ ਪੈਲੀ ਵਾਜੀ ਤੇ ਡੇਰਾ ਬਾਬਾ ਨਾਨਕ ਦੀ ਪੈਲੀ ਆ ਅੱਛਾ ਉਹਦੇ ਅਧੀਨ ਹੀ ਸਾਰੀ ਪੈਲੀ ਹੈ ਉਹ ਜੇ ਕਿਲਾ ਨੱਥੂ ਸੀ ਠੇਕਾ ਉਹ ਖੜਦੀ ਹੈ ਕਿੰਨੀ ਦੂਰ ਹੈ ਤੋਂ ਡੇਰਾ ਬਾਬਾ ਨਾਨਕ ਇੱਥੋਂ ਕੋ 5 ਕਿਲੋਮੀਟਰ ਹੁਣ ਅੱਛਾ ਅੱਛਾ ਹਾਂਜੀ ਠੀਕ ਚਲੋ ਆ ਦਿਖਾਓ ਕਿੱਥੇ ਸੀ ਕਿਲਾ ਵੇਖ ਲਈਏ अच्छा कादा मेला सी कोई पीर दा दरबार अच्छा अच्छा जी अच्छा जी ਇਥੇ ਕਿਲਾ ਸੀ ਹੈ ਕਿਲਾ ਇਥੇ ਇਹ ਦੋ ਮਹਿਲਾ ਹੈ ਇਹੋ ਪਿੰਗ ਵਿੱਚ ਪੱਕਾ ਮਕਾਨ ਹੋਰ ਕੋਈ ਨਹੀਂ ਕਿਲਾ ਨਾਥਾ ਸਿੰਘ ਇਹ ਸੀ ਹਾਂ ਹਾਂ ਕਿਆ ਹੁਣ ਅੱਗੇ ਕੋਈ ਨਿਸ਼ਾਨੀ ਪੁਰਾਣੀ ਨਹੀਂ ਬਚੀ ਹੋਈ ਟਹਿ ਗਿਆ ਪੁੱਟ ਪੱਟ ਕੇ ਸਾਰਾ ਨਿਕਲ ਗਿਆ ਅੱਛਾ 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 ਠੀਕ ਹੈ ਆ ਖਾਲੀ ਜਗ੍ਹਾ ਕਿਰੇ पता होगा ठीक है दुकान हुण पई है पुरानी सी ठीक है जी ਪੁਰਾਣੀਆਂ ਗਲੀਆਂ
ਫਿਰ ਟਰੱਕ ਬੜੇ ਖਲੋਤੇ ਨੇ ਪਿੰਡ ਦੇ ਨੇ ਅੱਛਾ ਇਹ ਬਹੁਤਾ ਮੇਰੇ ਘਮੇਰਾ ਦੇ ਪਿੰਡ ਹੋਣਾ ਸਾਰੇ ਅੱਛਾ ਜੱਟ ਨਹੀਂ ਆਏ ਇੱਥੇ देख लिए चरंदा है अच्छा जी कोई फसल नहीं होंगी ना 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 इसे तरह ही ऐ सड़क इधर जाती है ये पार आ चौड़ा पिंड वा मुड़ के गुरदासपुर नहीं चल गई अच्छा नो नहीं चल गई परांदरांगे नहीं चल गई इधर किधर जाती गुरदासपुर आ हां ठीक है ठीक है ठीक है कुल इदा छा पे आया है ये सन है जी ਇੱਥੇ ਚਾਰਦੇ ਸਨ ਡੰਗਰ ਡੰਗਰ ਚਾਰਦੇ ਮੁਸਲਮਾਨਾਂ ਦੇ ਮੁੰਡੇ ਹਾਂ ਉਹ ਇੱਕ ਨਾਲਾ ਦੇ ਕਮਿਆਰਾਂ ਦੇ ਮੁੰਡੇ ਹਾਂ ਆ ਕਿਰਨ ਇਹਨੂੰ ਕਿਰਨਾਂ ਦੇ ਨਾਲਾ ਦੇ ਕਿਰਨਾਂ ਦੇ ਇਹਨੂੰ ਕਿਰਨ ਅੱਛਾ ਕਿਰਨ ਵਾਲਾ ਹੈ ਹਾਂ ਉਹ ਉਹਨੇ ਕਿਤੇ ਬੋਲਿਆ ਅੱਛਾ 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 ਜੀ ਹਾਂ ਅੱਛਾ ਜੀ ਇਹ ਸੀ ਹੈ ਜੀ ਹਾਂ ਜੀ ਉਹ ਤਾਂ ਕਿੱਥੇ ਰੋੜ ਇੱਥੇ ਦਾ ਇੱਥੇ ਕਪਾਹ ਪਿੱਛੇ ਲੈ ਕੇ ਜਾਣਾ ਨਾ ਕੋਬਾ ਹੁੰਦਾ ਹੈ ਅੱਛਾ ਖੋਬੇ ਖੋਬ ਹੁੰਦਾ ਸੀ ਬੱਲੇ 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 ਸਲਾਬ ਹੁੰਦੀ ਸੀ ਤੇ ਪਈ ਹੈ ਅੱਛਾ ਜੀ ਤਕੀਆ ਕਿਹੜਾ ਸੀ ਤਕੀਆ ਰਹਿ ਗਿਆ ਹੁਣ ਅੱਛਾ ਕਿਰਨ ਵਾਲਾ ਆ ਜਾਂਦਾ ਇਹ ਜਾਂਦਾ ਉਹਦੇ ਕੋਲ ਕੱਲਾ ਰੋਡ ਦੇ ਕੋਲ ਲੰਘਦਾ ਉਹੀ ਹੈ ਨਾ ਅਕਬਰ ਦੇ ਉਹ ਹਮ ਦੇ ਕੋਲੋਂ बाकी तकी खत्म हो गए परे दी राह नलका लवाया संगत ने ਵੀਰਵਾਰ ਤੇ ਵੀਰਵਾਰ ਆਉਂਦੇ ਲੋਕ ਜੀ ਕੰਦੇ ਨੇ ਦੀਵਾ ਬਈ ਕਰਨੀ ਵਾਲੀ ਜਗ੍ਹਾ ਆ ਗਏ ਅੱਛਾ ਜੀ ਕੋਈ ਗੱਲ ਕੋਈ ਨਹੀਂ ਇਹ ਸੀ ਜੀ ਤਖੀਆ ਹਾਂਜੀ ਮੇਲਾ ਲੱਗਦਾ ਅੱਛਾ ਹਾਂ ਮੇਲਾ ਲੱਗਦਾ ਕਦੋਂ ਲੱਗਦਾ ਮੇਲਾ ਆ ਥੋੜੇ ਦਿਨਾਂ ਨੂੰ ਮੇਲਾ ਲੱਗਣਾ ਮੈਂ ਮਹੀਨੇ ਤੱਕ ਅੱਛਾ ਹਾਰਡ ਚ ਹਾਂ ਬਹੁਤ ਮਜ਼ਾ ਵਧੀਆ ਜਗ੍ਹਾ ਵਾ ਬੜੇ ਲੋਕ ਸੇਵਾ ਕਰਦੇ ਨੇ ਆਣ ਕੇ ਅੱਜ ਫਿਰ ਰੰਗ ਪੈਂਟ ਕਰਕੇ ਹੁਣ ਮੇਲਾ ਆਇਆ ਤੇ ਹਾਂ ਰੰਗ ਹੋ ਗਿਆ ਹੈ ਜੀ ਹਾਂਜੀ ਅੱਛਾ ਜੀ ਬਹੁਤ ਮੰਨਤਾ ਹੁੰਦੀ ਹੈ ਜੀ ਇੱਥੋਂ ਦਾ ਕੋਈ ਲੱਕੜੀ ਨਹੀਂ ਖਾਂਦਾ ਆ ਰੁੱਖ ਦੀ ਹਾਂ ਇੱਥੋਂ ਕੋਈ ਇਹ ਜਗ੍ਹਾ ਵੀ ਕਿਸੇ ਲੱਕੜੀ ਨਹੀਂ ਖਾਂਦੀ ਇਹ ਕਾਹਦਾ ਰੁੱਖ ਹੈ ਇਹ ਬਰਨਾ ਬਰਨਾ ਦਾ ਰੁੱਖ ਬਰਨਾ ਬਰਨਾ ਪੁਰਾਣਾ ਹੀ ਰੁੱਖ ਹੈ ਹਾਂਜੀ ਇਹ ਇੱਕ ਪਾਕਿਸਤਾਨ ਤੋਂ ਮਿਲ ਗਿਆ ਜੀ ਠੀਕ ਹੈ ਇਹ ਜੀ ਤਕੀਆ ਪਿੰਡ ਕਿਲਾ ਨੱਥੂ ਸਿੰਘ ਪਿੰਡ ਕਿਲਾ ਨੱਥੂ ਸਿੰਘ ਅੱਛਾ ਇਹ ਦੱਸੋ ਤੁਹਾਡੇ ਪਿੰਡ ਦੇ ਮੁਸਲਮਾਨ ਸਹੀ ਸਲਾਮਤ ਚਲੇ ਗਏ ਪਾਕਿਸਤਾਨ ਮੈਂ ਮੇਰਾ ਪਿਓ ਛੱਡ ਕੇ ਆਇਆ ਸੀ ਅੱਛਾ ਜੀ ਜਦੋਂ ਵੱਢ ਟੁੱਕ ਹੋਈ ਹੈ ਤੇ ਮੇਰੇ ਪਿਓ ਯਾਰ ਸਨ ਮੇਰੇ ਪਿਓ ਦੇ ਤੇ ਉਹਨਾਂ ਦਾ ਖੱਚਰ ਤੇ ਸਮਾਨ ਛੱਡ ਕੇ ਦਰਿਆ ਦੇ ਰਾਵੀ ਤੇ ਛੱਡ ਕੇ ਆਇਆ ਸੀ ਤੇ ਪਿੰਡ ਦੇ ਲੋਕੀ ਆਉਂਦੇ ਹਾਂ ਤੈਨੂੰ ਮਾਰ ਦੇਣਾ ਦਵਾਨ ਸਿਆਂ ਮੁਸਲਮਾਨਾਂ ਮਾਰ ਦੇਣਾ ਪਰ ਨਹੀਂ ਸਹੀ ਸਲਾਮਤ ਛੱਡ ਕੇ ਆ ਗਿਆ ਸੀ ਹਾਂਜੀ ਖੱਚਰਾਂ ਦਾ ਸਮਾਨ ਲੱਦ ਕੇ ਖੱਚਰ ਦੇ ਸਮਾਨ ਲੱਦ ਕੇ ਖੜਿਆ ਸੀਗਾ ਇਥੋਂ ਨੇੜੇ ਹੀ ਹੈ ਬਾਰਡਰ ਹਾਂ ਇਥੋਂ ਕੋਈ 8-9 ਕਿਲੋਮੀਟਰ ਬਾਅਦ ਦਾ ਠੀਕ ਹੈ ਤੇ ਰਾਵੀ ਤੇ ਛੱਡ ਕੇ ਤੇ ਵਾਪਸ ਆ ਗਿਆ ਵਿੱਚੋਂ ਯਾਰ ਆ ਜਿਹੜਾ ਰੱਕੜ ਪਿਆ ਇਹਦੇ ਵਿੱਚੋਂ ਲੰਘ ਕੇ ਰੱਕੜ ਦੇ ਵਿੱਚੋਂ ਦੀ ਜਿੱਥੇ ਡੰਗਾ ਚੋੜਦੇ ਹੁੰਦੇ ਹਨ ਚੌੜਾ ਪਿੰਡ ਵਾ ਚੌੜੇ ਦੇ ਵਿੱਚੋਂ ਦੀ ਗਿਆ ਲਾਗੇ ਉਹਦੇ ਕਮਾਲਪੁਰ ਪਿੰਡ ਵਾ ਬਾਰਡਰ ਤੇ ਉੱਥੋਂ ਲੰਘ ਕੇ ਫਿਰ ਰਾਵੀ ਦੇ ਪਿੰਡ ਛੱਡ ਕੇ ਤੇ ਆ ਗਿਆ ਕੋਈ ਨਾਂ ਚੇਤੇ ਮੁਸਲਮਾਨ ਦਾ ਦੱਸਿਆ ਮੁਸਲਮਾਨ ਦਾ ਮੈਨੂੰ ਕੋਈ ਨਾਂ ਚੇਤੇ ਨਹੀਂ ਆ ਠੀਕ ਹੈ ਮੈਨੂੰ ਸੰਭਾਲ ਨਹੀਂ ਪਿਓ ਸਾਡਾ ਗੱਲਾਂ ਕਰਦਾ ਰਿਹਾ ਠੀਕ ਹੈ ਜੀ ਬੜੀ ਮਿਹਰਬਾਨੀ ਸ਼ੁਕਰੀਆ ਤੇ ਭਲਵਾਨ ਹੀ ਸਾਡਾ ਪਿਓ ਭਲਵਾਨ ਸੀ ਕੀ ਨਾਂ ਸੀ ਉਹਦਾ ਦਵਾਨ ਸਿੰਘ ਦਵਾਨ ਸਿੰਘ ਭਲਵਾਨੀ ਕਰਦੇ ਸਨ ਆ ਬੂਟਾ ਸਿੰਘ ਦਾ ਮੁੰਡਾ ਵਾਹ ਜੀ ਵਾਹ ਹਾਂਜੀ ਮਸ਼ਹੂਰ ਸਾਂ ਇਸ ਇਲਾਕੇ ਚ ਭਲਵਾਨ ਮਸ਼ਹੂਰ ਸਾਰੇ ਜਾਣਦੇ ਹਨ ਅੱਛਾ ਸਾਰੇ ਮੁਸਲਮਾਨ ਦੇ ਨਾਂ ਲੈਂਦੇ ਜੇ ਨਾ ਤੇ ਤਾਂ ਸਾਨੂੰ ਪਤਾ ਅੱਛਾ ਹਾਂ ਹਾਂ ਠੀਕ ਹੈ ਹਾਂਜੀ ਆ ਜਾਓ ਲੋ ਜੀ
ਇਹ ਸਾਰਾ ਲੱਕਾ ਹੁੰਦਾ ਸੀ ਵਿਹਲਾ ਚਰਾਂਦਾ ਇਹ ਵਗ ਰਿਹਾ ਜਾ ਰਿਹਾ ਕਿਰਨ ਵਾਲਾ ਇਹ ਦਿਖਾਈ ਦਰਖਤ ਲੱਗੇ ਹੋਏ ਨੇ ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਜੀ ਸ਼ਹਿਰ ਕਿਹੜਾ ਪੈਂਦਾ ਇਸ ਪਿੰਡ ਨੂੰ ਆ ਲਾਗਲੇ ਕਲਾ ਨੋਰ ਚਲ ਅੱਛਾ ਜੀ ਚੜ ਤੇ ਪਾਸੇ ਗੁਰਦਾਸਪੁਰ ਆ ਹਾਂ ਆ ਦੱਖਣੀ ਗੋਠ ਧਾਰੀਵਾਲ ਧਾਰੀਵਾਲ ਹਾਂਜੀ ਇੱਥੋਂ ਜਾਂਦੇ ਸਨ ਸੌਦਾ ਲੈਣੇ ਹਾਂਜੀ ਨਾਲ ਆ ਛਨੀਆਂ ਪੈਂਦੀਆਂ ਲੱਗਿਆ ਸਾਹਮਣੇ ਛਨੀਆਂ ਬਾਜ਼ਾਰ ਸੀ ਹਾਂ ਉਹ ਪੁਰਾਣਾ ਕਸਬਾ ਸੀ ਹਾਂ ਅੱਛਾ ਅੱਛਾ ਪੁਰਾਣਾ ਕਸਬਾ ਛਨੀਆਂ ਸਾ ਪੁਰਾਣਾ ਕਸਬਾ ਛਨੀਆਂ ਆ ਸੜਕ ਉੱਥੇ ਨਹੀਂ ਜਾਂਦੀ ਆ ਛਨੀ ਚੱਲ ਜਾਂਦੀ ਉੱਥੇ ਜਾ ਕੇ ਉਹ ਛਨੀ ਜਾਵਲ ਠੀਕ ਹੈ ਅੱਜ ਉੱਧਰ ਹੀ ਜਾਂਦੇ ਆ ਜਿਹੜਾ ਸੁਰਜੋ ਦੇ ਕੇਸਰ ਤੇ ਬਾਪੂ ਜੋ ਬੋਲਿਆ ਨਾ ਆ ਸਾਰੇ ਘਰ ਇਹਨਾਂ ਦੇ ਪਿਓ ਦਾ ਨਾਂ ਮੱਘਰ ਹੁੰਦਾ ਹੈ ਅੱਛਾ ਤੇ ਮੱਘਰ ਦੇ ਮੁੰਡੇ ਨੇ ਅੱਗੇ ਛੇ ਮੁੰਡੇ ਸੁਰਜੋ ਹੋਣੀ ਜਿਹੜੇ ਛੇ ਭਰਾ ਸਨ ਹਾਂਜੀ ਹਾਂਜੀ ਆਹ ਮਾਲਾ ਆਹ ਛੇ ਹੁੰਦਾ ਸੀ ਇੱਥੇ ਅੱਛਾ ਇੱਥੇ ਛੇ ਹੁੰਦਾ ਇਹਨਾਂ ਪਾਕਿਸਤਾਨ ਵਾਲਿਆਂ ਨੂੰ ਪਤਾ ਹੋਣਾ ਛੇ ਹੁੰਦੇ ਛੇ ਦੇ ਉੱਤੇ ਵਸੇ ਨੇ ਇਹ ਸਾਰਾ ਥੇ ਜੇ ਹਾਂ ਆਹ ਮਾਲਾ ਹੋਣਾ ਠੀਕ ਹੈ ਹਾਂ ਇਹਨਾਂ ਥੇ ਵਾਲੇ ਬੋਲਦੇ ਹਜੇ ਵੀ ਥੇ ਇਨਕਾ ਪੁਰਾਣਾ ਕਿਲਾ ਉਤੋਂ ਹੀ ਪੁਰਾਣਾ ਕਿਲਾ ਹੋਣਾ ਜਿਹੜਾ ਰੱਖਿਆ ਹੋਇਆ ਸੀ ਪਿਆ ਗਿਆ ਸੀ ਠੀਕ ਹੈ ਤੇ ਉਹ ਕੋਠੀ ਕਿਹੜੀ ਦੱਸਦੇ ਜਿਹੜੀ ਗੁਰਦੁਆਰਿਆਂ ਵਾਲੀ ਕੋਠੀ ਉਹ ਮੇਰੇ ਲਾਗੇ ਆ ਅੱਛਾ ਹੈ ਅਜੇ ਹਾਂ ਹੈਗੀ ਠੀਕ ਹੈ ਹੈਗੀ ਕੋਠੀ ਬਣਾਉਣੀ ਆਹੋ ਨਹੀਂ ਉਹਨਾਂ ਫੇਰ ਨਵੀਂ ਬਣਾਈ ਬਣਾਈ ਹੈ ਠੀਕ ਨਥਾ ਸਿੰਘ ਕਾਲੀ ਹੋਣਾ ਨਾ ਇਸ ਕਰਕੇ ਵਰਸ ਬਣੇ ਨਾ ਉਹ ਕਾਲੀ ਹੋਣਾ ਨਾ ਜਦੋਂ ਕਾਲੀ ਜਥੇ ਬਣਦੇ ਸਨ ਮਾੜੇ ਸਮੇਂ ਵੇਲੇ ਉਹ ਜਥੇਦਾਰ ਹੋਣਾ ਠੀਕ ਹੈ ਉਹ ਫਿਰ ਕਹਿੰਦੇ ਅਸੀਂ ਵਾਰਸ ਅਸੀਂ ਉਹਨਾਂ ਦੇ 700 ਕਿਲਾ ਪਹਿਲੇ ਠੇਕਾ ਖੜਦੇ ਨਿੱਥੋਂ ਲੈ ਲੈ ਅੱਛਾ ਜੀ 700 ਕਿਲਾ ਪਹਿਲੇ ਠੇਕਾ ਖੜਦੇ ਆ ਅਕਾਲੀ ਅਕਾਲੀ ਇੱਥੋਂ ਕਰੋੜਾਂ ਰੁਪਈਏ ਖੜਦੇ ਨੇ ਅੱਛਾ ਜੀ ਹਾਂ ਹਾਂ ਸਭ ਠੇਕੇ ਚੜੀ ਪੈਲੀ ਆਲ ਦੁਆਲੇ ਠੇਕੇ ਚੜੀ ਸਾਨੂੰ ਸਭ ਗੁੱਡ ਵਾਲੀ ਪੈਲੀ ਆਲੀ ਅੱਛਾ ਜੀ ਅੱਛਾ ਜੀ ਜਾਣੀ ਕਿ ਕਿਲਾ ਜਿਹੜਾ ਨੱਥੂ ਸਿੰਘ ਸੀ ਉਹਨੇ ਮੇਰੇ ਖਿਆਲ 'ਚ ਗੁਰਦੁਆਰਾ ਸਾਹਿਬ ਦੇ ਨਾਮ ਜ਼ਮੀਨ ਲਵਾਈ ਹੋਣੀ ਹੈ 700 ਕਿਲਾ ਉਹਦੇ ਨਾਂ ਕਰ ਗਿਆ ਸਾਰੀ ਠੀਕ ਹੈ ਆਹ ਪੁਰਾਣਾ ਬਜ਼ੁਰਗ ਇਹ ਕਿਹੜੇ ਨੇ ਹਾਂਜੀ ਬਾਅਦ 'ਚ ਦੇ ਨੇ ਅੱਛਾ ਜੀ ਸੰਤਪੁਰ ਦੇ ਨੇ ਅੱਛਾ 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 ਅਸੀਂ ਤਾਂ ਇਸ ਪਿੰਡ ਦੇ ਚਾਹੀਦੇ ਨੇ ਸਾਨੂੰ ਸੰਤਪੁਰ ਦੇ ਨੇ ਤੁਹਾਨੂੰ ਸੰਭਾਲ ਹੈ ਸੰਤਪੁਰ ਦੀ ਪੁਰਾਣੀ ਜਦੋਂ ਪਾਕਿਸਤਾਨ ਬਣਿਆ ਸੀ ਨਹੀਂ ਮਾੜੀ ਮੋਟੀ ਹੈ ਥੋੜ੍ਹੀ ਮਾੜੀ ਚਲੋ ਹੁਣ ਤੇ ਵਧੀਆ ਪਿੰਡ ਬਣ ਗਿਆ ਬਾਰ ਬਾਰ ਪਿੰਡ ਦੇ ਹਨਾ ਇੱਧਰ ਪਹਾੜ ਵੱਲ ਅੱਛਾ ਇੱਥੇ ਜੀ ਘਰ ਹੈ ਠੀਕ ਹੈ ਪੁਰਾਣੇ ਬੁੱਢੇ ਬੈਲੇ ਦਾ ਮੁੰਡਾ ਸੀ ਇੱਕ ਨਾਤ ਸੀ ਖਜਲ ਸੀ ਕੈਲਾ ਸੀ ਅੱਛਾ ਉਹ ਲੈਣ ਨਾ ਸਾਰੇ ਉਹਨੇ ਉਹਨਾਂ ਨੂੰ ਡੰਗਰ ਚਾਰਦੇ ਰਹੇ ਹੋਣੇ ਨਾ ਸਾਰਿਆਂ ਨਾਲ ਇਕੱਠੇ ਰਹਿੰਦੇ ਰਹੇ ਨਾ ਅੱਜ ਡੰਗਰ ਚਲਾਉਣੇ ਪਿੰਡ ਕੰਮ ਕਾਜ ਇਕੱਠੇ ਹੁੰਦੇ ਬਿਲਕੁਲ ਬਿਲਕੁਲ
ਇਸੇ ਕਰਕੇ ਨਾ ਚੇਤੇ ਨਾ ਨਾ ਚੇਤੇ ਨੇ ਬਸ ਹਾਂ ਕਰੀ ਉਹਨੇ ਮੋੜ ਲਿਆਂਦੇ ਡੰਗਰ ਕਦੀ ਉਹਨੇ ਮੋੜ ਲਿਆਂਦੇ ਵਾਰੀ ਵਜਦੀ ਸੀ ਨਾ ਜਿੱਦਾਂ ਅਸੀਂ ਗੱਲਾਂ ਕਰਦੇ ਜਾਂਦੇ ਆਂ ਆਹ ਇਸੇ ਤਰ੍ਹਾਂ ਵੀ ਉਹ ਗੱਲਾਂ ਕਰਦੇ ਜਾਂ ਹਾਂ ਗੱਲਾਂ ਕਰਦੇ ਹਾਂ ਡੰਗਰ ਵਾਰੀ ਵਜਦਣੇ ਹੋਏ ਅੱਜ ਤਾਂ ਹੁਣ ਤੂੰ ਮੋੜਨੇ ਨੇ ਮੈਂ ਪਹਿਲਾਂ ਲੰਮੇ ਹੈ ਨਾਲੇ ਇੰਨਾ ਪਤਾ ਥੋੜਾ ਵੀ ਪਾਕਿਸਤਾਨ ਚੱਲ ਜਾਏ ਉਹਦੇ ਚੱਲ ਜਾਏ ਹਾਂਜੀ ਇਹ ਕਿਹੜਾ ਪਤਾ ਹੀ ਕਿਹਨੂੰ ਸਾਰੇ ਇਕੱਠੇ ਰਹਿੰਦੇ ਸਨ ਚੱਕ ਜੀ ਹੋਦੇ ਤੁਸੀਂ ਵੇਖ ਰਹੇ ਹੋ ਪਿੰਡ ਕਿਲਾ ਨੱਥੂ ਸਿੰਘ ਅਤੇ ਨੱਥੂ ਸਿੰਘ ਕੌਣ ਸੀ ਜਿਸਨੇ ਪਿੰਡ ਵਸਾਇਆ ਇਸ ਬਾਰੇ ਕੋਈ ਠੋਸ ਜਾਣਕਾਰੀ ਤਾਂ ਬਹੁਤ ਹੀ ਮਿਲ ਨਹੀਂ ਸਕੀ ਲੇਕਿਨ ਗੱਲਾਂ ਬਾਤਾਂ ਤੋਂ ਲੱਗਿਆ ਕਿ ਕਿਲਾ ਨੱਥੂ ਸਿੰਘ ਵਸਾਉਣ ਵਾਲੇ ਜਥੇਦਾਰ ਨੱਥੂ ਸਿੰਘ ਸਿੱਖ ਮਿਸਲਾਂ ਵਾਲੇ ਕੁਝ ਜਥੇਦਾਰ ਹੋਣਗੇ ਸਿੱਖ ਮਿਸਲਾਂ ਵੇਲੇ ਜਦੋਂ ਕਲਾਨੌਰ ਦਾ ਇਲਾਕਾ ਸਿੱਖਾਂ ਨੇ ਮੱਲਿਆ ਕਬਜ਼ਾ ਹੋਇਆ ਤਾਂ ਨੱਥੂ ਸਿੰਘ ਜਿਹੜਾ ਕਿ ਉਸ ਸਮੇਂ ਜਥੇਦਾਰ ਹੋਵੇਗਾ ਉਸਨੇ ਵੀ ਇਸ ਇਲਾਕੇ 'ਤੇ ਕਬਜ਼ਾ ਕਰ ਲਿਆ ਅਤੇ ਇੱਥੇ ਪੁਰਾਣੇ ਬਣੇ ਹੋਏ ਕਿਲੇ ਉੱਤੇ ਉਹ ਕਾਬਜ ਰਿਹਾ ਉਸਦੀ ਔਲਾਦ ਨਾ ਹੋਣ 'ਤੇ ਉਸ ਵੱਲੋਂ ਜਿਹੜਾ ਸਾਰਾ ਆਪਣੀ ਜਾਇਦਾਦ ਜੋ ਕਿ 700 ਕਿਲਾ ਬਣਦੀ ਸੀ ਇਹ ਸਾਰੀ ਜਾਇਦਾਦ ਗੁਰਦੁਆਰਾ ਚੋਹਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਨਾਮ ਲਵਾਈ ਹੋਵੇਗੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਸਮੇਂ ਜਿਹੜਾ ਹੈ ਗੁਰਦੁਆਰਿਆਂ ਦੇ ਪ੍ਰਬੰਧ ਜਿਹੜੇ ਸਨ ਉਹ ਮਹੰਤ ਕਰਦੇ ਸਨ ਅਤੇ ਮਹੰਤਾਂ ਦੇ ਅਧੀਨ ਇਹ ਪਿੰਡ ਰਿਹਾ ਇਹ ਜ਼ਮੀਨ ਰਹੀ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਲ ਆਈ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਇੱਥੋਂ ਮਾਲੀਆ ਲੈ ਕੇ ਜਾਂਦੀ ਹੈ ਬਾਕੀ ਬਹੁਤਾ ਇਤਿਹਾਸ ਸ਼੍ਰੋਮਣੀ ਕਮੇਟੀ ਕੋਲ ਹੀ ਹੋਏਗਾ ਉੱਥੋਂ ਪਤਾ ਲੱਗ ਸਕਦਾ ਹੈ ਜਿੱਦਾਂ ਜਥੇਦਾਰ ਨੱਥੂ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਸਨ ਅੱਛਾ ਜੀ ਇੱਥੇ ਕਾਲੀਆਂ ਡੇਰਾ ਸੀ ਅੱਛਾ ਕੱਚੇ ਮਕਾਨ 'ਚ ਕਾਲੀ ਰਹਿੰਦੇ ਹਨ ਅੱਛਾ ਹਾਂ ਅੱਛਾ ਉਹ ਬਿਲਡਿੰਗ ਉਹਨਾਂ ਦੀ ਕਾਲੀਆਂ ਦੀ ਇਹ ਵੀ ਦੇ ਗਏ ਨੇ ਕਿਰਾਏ 'ਤੇ ਕਿਰਾਏ ਦੇ ਗਏ ਨੇ ਕਿਰਾਏ 'ਤੇ ਅਕਾਲੀਏ ਅੱਛਾ ਅੱਛਾ ਹਾਂ 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 ਇਹ ਕੋਠੀ ਹੈ ਜੀ ਇਹ ਪੁਰਾਣੀ ਕੋਠੀ ਇਹ ਪੁਰਾਣੀ ਹੈ ਘੋੜੇ ਕਾੜੇ ਰੱਖੇ ਹੋਣੇ ਸਾਰੇ ਉਦੋਂ ਉਹਨਾਂ ਨੇ ਸਰਕਾਰੀ ਮਿਡਲ ਸਕੂਲ ਕਿਲਾ ਨੱਥੂ ਸਿੰਘ ਲਓ ਜੀ ਇਹ ਰੋਡ ਜਾਂਦਾ ਮਾਨੇਪੁਰ ਨੂੰ ਵਾਇਆ ਮਾਨੇਪੁਰ ਹੋ ਕੇ ਕਲਾਰਾ ਨੂੰ ਜਾਂਦਾ ਅੱਗੇ ਹੈ ਪ੍ਰਾਇਮਰੀ ਸਕੂਲ ਹਾਂਜੀ ਅੱਛਾ ਜੀ ਗੁਰਦੁਆਰਾ ਸਾਹਿਬ ਦੀ ਜਾਣੀ ਕਿ ਇਹ ਉਹੀ ਸਿੱਖ ਸਰਦਾਰ ਨੱਥੂ ਸਿੰਘ ਦੀ ਸਾਰੀ ਪਿਆਰੀ ਜਥੇਦਾਰ ਹੋਏਗਾ ਨਾ ਨੱਥੂ ਸਿੰਘ ਕਾਲੀਆਂ ਦਾ ਕਿਸ ਟਾਈਮ ਅੱਛਾ ਜੀ ਸਰਕਾਰੀ ਐਲੀਮੈਂਟਰੀ ਸਕੂਲ ਕਿਲਾ ਨੱਥੂ ਸਿੰਘ ਬਲਾਕ ਹੈ ਕਲਾਨੌਰ ਇਹ ਪਿੰਡ ਚੌੜਾ ਚੌੜਾ ਇੱਧਰ ਬਾਰਡਰ ਹੈ
ਬਹੁਤ ਜਗ੍ਹਾ ਲੱਗੇ ਹੋਏ ਬੇਟਾ।